ਕਰਪਲਾ ਹੋ ਭਲਾ ਸੁਸਾਇਟੀ ਵੱਲੋਂ 14 ਫਰਵਰੀ ਨੂੰ ਵੈਲੇਂਟਾਈਨ ਡੇ ਤਾਂ ਬਣਾਇਆ ਜਾਂਦਾ, ਲੇਕਿਨ ਇਹ ਸੁਸਾਇਟੀ ਵੱਲੋਂ ਰੋਟੀ ਡੇ ਬਣਾਇਆ ਜਾਊਗਾ। ਲੇਕਿਨ ਰੱਖਬਾਗ ਦੇ ਬਾਹਰ ਰੋਟੀ ਡੇ ਬਣਾਇਆ ਜਾਊਗਾ। ਇਹ ਸੁਸਾਇਟੀ ਲਗਾਤਾਰ ਹਰ ਸਾਲ ਜਿਹੜੀ ਹੈ 14 ਫੈਬ ਨੂੰ ਰੋਟੀ ਡੇ ਬਣਾਉਂਦੀ ਹੈ। ਲੇਕਿਨ ਪ੍ਰਧਾਨ ਜਿਹੜੇ ਨੇ ਇਹਨਾਂ ਨੇ ਦੱਸਿਆ ਕਿ 14 ਫਰਵਰੀ ਤਾਂ ਲੋਕ ਜਿਹੜੇ ਨੇ ਗੁਲਾਬ ਦੇ ਫੁੱਲ ਦਿੰਦੇ ਨੇ, ਲੇਕਿਨ ਅਸੀਂ ਉਹ ਗਰੀਬਾਂ ਨੂੰ ਰੋਟੀ ਦੇਵਾਂਗੇ ਜਿਨ੍ਹਾਂ ਨੂੰ ਅੰਨ ਨਸੀਬ ਨਹੀਂ ਹੁੰਦਾ। ਲੇਕਿਨ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਐਸੀ ਸੁਸਾਇਟੀ ਵੀ ਹੈ ਜੋ ਲਗਾਤਾਰ ਲੋਕਾਂ ਦੀ ਭਲਾਈ ਦਾ ਕੰਮ ਕਰਦੀ ਹੈ, ਲੋਕਾਂ ਨੂੰ ਰੋਟੀ ਖਵਾਉਂਦੀ ਹੈ। ਲੇਕਿਨ ਕਈ ਵਾਰ ਇਹ 14 ਫੈਬ ਨੂੰ ਜਿਹੜਾ ਲੋਕ ਜਿਹੜੇ ਵੈਲੇਂਟਾਈਨ ਦੇ ਉੱਤੇ 1000 ਰੁਪਈਆ ਖਰਚ ਕਰਕੇ ਖੁਸ਼ੀ ਵਾਸਤੇ ਫੁੱਲ ਭੇਟ ਦਿੰਦੇ ਨੇ, ਆਪਣੀ ਮਸ਼ੂਕਾਂ ਨੂੰ ਫੁੱਲ ਦਿੰਦੇ ਨੇ, ਉਸ ਤੋਂ ਬਾਅਦ ਖੁਸ਼ ਹੁੰਦੀ ਹੈ ਅਤੇ ਉਸ ਤੋਂ ਬਾਅਦ ਇਹ ਨਹੀਂ ਸੋਚਦੇ ਕਿ ਫੁੱਲਾਂ ਦੇ ਉੱਤੇ ਉਹ ਫੁੱਲ 10 ਰੁਪਏ ਵਾਲਾ 100 ਰੁਪਏ ਦਾ ਵਿਕਦਾ, ਉਹੀ ਜਦੋਂ 100 ਰੁਪਏ ਰੋਟੀ ਕਿਸੇ ਨੂੰ ਦੇ ਦਿੱਤੀ ਜਾਵੇ ਤਾਂ ਉਹ ਰੋਟੀ ਖਾ ਕੇ ਕਿੰਨਾ ਕੁ ਦੁਆਵਾਂ ਦੇਗਾ। ਲੇਕਿਨ ਇਹ ਸੋਚ ਜਿਹੜੀ ਹੈ ਬਦਲੀ ਹੈ, ਕਰ ਭਲਾ ਹੋ ਭਲਾ ਸੁਸਾਇਟੀ ਨੇ, ਸੁਣੋ ਪ੍ਰਧਾਨ ਸਾਹਿਬ ਕੀ ਕਹਿ ਰਹੇ ਨੇ। ਲੇਕਿਨ 14 ਫੈਬ ਨੂੰ ਇਹ ਸ਼ੁਰੂਆਤ ਰੱਖਬਾਗ ਤੋਂ ਕੀਤੀ ਜਾਊਗੀ। ਸਾਡੀ NGO ਵੱਲੋਂ ਹਰ ਇੱਕ ਸਾਲ ਰੋਟੀ ਡੇ ਮਨਾਇਆ ਜਾਂਦਾ ਵੈਲੇਂਟਾਈਨ ਦੇ ਅਗੇਂਸਟ, ਅਤੇ ਇਸ ਸਾਲ ਵੀ ਸਾਡੀ NGO ਵੱਲੋਂ ਰੱਖਬਾਗ ਦੇ ਬਾਹਰ 14 ਫਰਵਰੀ ਨੂੰ ਵੈਲੇਂਟਾਈਨ ਡੇ ਮਨਾਇਆ ਜਾਊਗਾ ਜੀ। ਇਹ ਪੰਜਾਬ ਆਪਣਾ ਵੈਸਟਰਨ ਕਲਚਰ ਵੱਲ ਬਹੁਤ ਤੁਰ ਪਿਆ, ਅਸੀਂ ਸਾਰੇ ਯੂਥ ਨੂੰ ਬੇਨਤੀ ਕਰ ਰਹੇ ਹਾਂ ਆਪਣਾ ਵੈਲੇਂਟਾਈਨ ਡੇ ਵਗੈਰਾ ਇਸ ਦਿਨ ਸਾਰੇ ਛੱਡ ਕੇ ਆਪਾਂ ਰੋਟੀ ਡੇ ਮਨਾਇਆ ਕਰੀਏ ਤਾਂ ਕਿ ਕੋਈ ਗਰੀਬ ਭੁੱਖਾ ਨਾ ਸੋਵੇ। ਜ਼ਰੂਰੀ ਨਹੀਂ ਆਪਾਂ ਪਿਆਰ ਵੈਲੇਂਟਾਈਨ ਡੇ ਰੋਜ਼ ਡੇ ਵਗੈਰਾ ਮਨਾ ਕੇ ਆਪਾਂ ਪਿਆਰ ਸਾਂਝਾ ਕਰੀਏ, ਆਪਾਂ ਪਿਆਰ ਕਿਸੇ ਗਰੀਬ ਦਾ ਢਿੱਡ ਭਰ ਕੇ ਵੀ ਆਪਾਂ ਭਰ ਕੇ ਵੀ ਅਗਲੇ ਦਾ ਖੁਸ਼ੀ ਪ੍ਰਾਪਤ ਅਗਲੇ ਨੂੰ ਦੇ ਸਕਦੇ ਹਾਂ ਜੀ। ਮੁੱਖ ਮਹਿਮਾਨ ਜੀ ਆਪਣਾ ਡਿਪਟੀ ਸਪੀਕਰ ਸਾਹਿਬ ਵੀ ਆ ਰਹੇ ਹੈ, ਅਤੇ ਹੋਬੀ ਧਾਲੀਵਾਲ ਜੀ ਵੀ ਆ ਰਹੇ ਆ, ਆਪਣੇ MLA ਸਿੱਧੂ ਸਾਹਿਬ ਸਾਰੇ ਆ ਰਹੇ ਹੈ, ਸਮਾਜਿਕ ਤੌਰ ਦੇ NGO ਵੀ ਸਾਰੀਆਂ ਆ ਰਹੀਆਂ ਅਤੇ ਹੋਰ ਵੀ ਜਿੰਨੇ ਰਾਜਨੀਤਿਕ ਸਾਰੇ ਬੰਦੇ ਆ ਰਹੇ ਨੇ। ਜਿਵੇਂ ਕਿ ਸਾਡੀ NGO ਦਾ ਨਾਮ ਹੈ ਕਰ ਭਲਾ ਹੋ ਭਲਾ, ਸਾਡੀ ਕੋਸ਼ਿਸ਼ ਹੁੰਦੀ ਹੈ ਕੰਮ ਅਸੀਂ ਭਲੇ ਦੇ ਹੀ ਕਰਦੇ, ਭਲੇ 'ਚ ਹੀ ਭਲਾ ਹੈ। ਅਤੇ ਪਰਮਾਤਮਾ ਗੁਰੂ ਸਾਹਿਬ ਨੇ ਸਾਨੂੰ ਜੋ ਉਪਦੇਸ਼ ਦਿੱਤੇ ਨੇ ਕਿ ਆਪਣਾ ਜਿੰਨਾ ਕੁ ਆਪਾਂ ਸਭ ਦਾ ਭਲਾ ਮੰਗ ਸਕਦੇ ਹਾਂ ਜ਼ਰੂਰ ਮੰਗੀਏ। ਅਤੇ ਮੇਨ ਜਿਹੜੀ ਪੱਛਮੀ ਸਭਿਅਤਾ ਹੈਗੀ ਹੈ ਜਿਹੜੀ ਆਪਣੀ ਵੈਲੇਂਟਾਈਨ ਡੇ 14 ਫਰਵਰੀ ਇੱਕ ਜਦੋਂ ਆਉਂਦੀ ਨਾ ਕੁੜੀਆਂ ਮੁੰਡਿਆਂ ਦੇ ਉੱਪਰ ਇੱਕ ਜਨੂੰਨ ਜਿਹਾ ਛਾ ਜਾਂਦਾ ਕਿ ਆਪਾਂ ਟੈਡੀ ਦੇ, ਹਾਗੜ ਡੇ, ਰੋਜ਼ ਦੇ, ਪ੍ਰਪੋਜ਼ ਦੇ। ਅਤੇ ਜਦੋਂ ਆ ਜਾਂਦਾ ਆਪਣਾ ਵੈਲੇਂਟਾਈਨ ਡੇ 14 ਫਰਵਰੀ ਨੂੰ, ਆਪਾਂ ਦੇਖ ਰਹੇ ਹਾਂ ਆਪਣਾ ਯੂਥ ਕੀ ਕਰਦਾ ਪਿਆ। ਪਰ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਕਲਚਰ ਨੂੰ ਰੋਟੀ ਡੇ ਦੇ ਨਾਮ 14 ਫਰਵਰੀ ਨੂੰ ਜਾਣਿਆ ਜਾਵੇ। ਇੱਕ ਜਿਹੜਾ ਧੱਬਾ ਲੱਗ ਚੁੱਕਾ 14 ਫਰਵਰੀ ਦਾ ਵੈਲੇਂਟਾਈਨ ਡੇ ਦਾ, ਉਹ ਅਸੀਂ ਖਤਮ ਕਰੀਏ ਅਤੇ ਪੂਰਾ ਪੰਜਾਬ ਕੀ ਪੂਰਾ ਇੰਡੀਆ ਰੋਟੀ ਡੇ ਦਾ ਨਾਮ ਨਾਲ ਜਾਣਿਆ ਜਾਵੇ। ਇਹ ਮੇਰੇ ਸਾਰੇ ਭੈਣ ਭਰਾ ਵੀਰਾਂ ਨੂੰ ਰਿਕੁਐਸਟ ਹੈ, ਅਸੀਂ ਨਾ ਮਨਾਈਏ ਪੂਰੇ ਇੰਡੀਆ 'ਚ, ਪੂਰੇ ਪੰਜਾਬ 'ਚ ਰੋਟੀ ਡੇ 14 ਫਰਵਰੀ ਮਨਾਇਆ ਕਰੋ। ਲੰਗਰ ਇੱਕ ਬਹੁਤ ਲੱਗਦੇ ਨੇ, ਹੈ ਤਾਂ ਇਹ ਵੀ ਗੁਰੂ ਦਾ ਲੰਗਰ ਹੀ ਹੈ, ਪਰ ਅਸੀਂ ਇੱਕ ਨਾਮ ਜ਼ਰੂਰ ਰੋਟੀ ਡੇ ਦਾ ਦਿੱਤਾ ਹੈ ਕਿ ਇੱਕ ਆਪਣਾ 14 ਫਰਵਰੀ ਵੈਲੇਂਟਾਈਨ ਨਾਮ ਨੂੰ ਖਤਮ ਕੀਤਾ ਜਾਵੇ, ਇਹ ਰੋਟੀ ਡੇ ਨਾਮ ਰੱਖ ਕੇ ਅਸੀਂ ਜਿੰਨਾ ਕੁ ਇੱਕ ਟਾਈਮ ਦੀ ਇਹਦੀ ਨਿਵਾਲਾ ਬੱਚਿਆ ਜਾਂ ਕਿਸੇ ਲੋੜਵੰਦ ਬੰਦਿਆਂ ਨੂੰ ਦੇ ਸਕੀਏ, ਸਾਡੀ NGO ਦੀ ਇਹ ਕੋਸ਼ਿਸ਼ ਹੈ। ਪਰਮਾਤਮਾ ਦੀ ਕਿਰਪਾ ਨਾਲ ਕਰ ਭਲਾ ਹੋ ਭਲਾ ਸੰਸਥਾ ਅਤੇ ਬਲੱਡ ਸੇਵਾ ਟੀਮ ਵੱਲੋਂ ਰੋਟੀ ਡੇ ਮਨਾ ਰਹੇ ਜੀ 8ਵਾਂ ਰੱਖਬਾਗ ਦੇ ਬਾਹਰ। ਬਾਕੀ ਰਿੰਕੂ ਭਾਈ ਨੇ ਅਤੇ ਮਨਜੋਤ ਜੀ ਨੇ ਸਭ ਕੁਝ ਦੱਸ ਦਿੱਤਾ, ਅਤੇ ਬਲੱਡ ਸੇਵਾ ਵੀ ਆਪਣੀ ਚੱਲ ਰਹੀ ਹੈ ਅਤੇ ਰੋਟੀ ਡੇ ਵੀ 800 ਸਾਲ 'ਚ ਚੱਲ ਰਿਹਾ ਜੀ, ਅਤੇ ਪੇਸ਼ੈਂਟਾਂ ਦਾ ਇਲਾਜ ਵੀ ਕਰਾਈਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਥ ਨੂੰ ਜੀ ਮੈਸੇਜ ਇਹ, ਮਤਲਬ ਜਿਵੇਂ ਹੁਣ ਕਈ ਨਸ਼ੇ ਕਰਦੇ ਆ ਭਰਾ, ਅਤੇ ਆਪਣੀ ਕਈ ਭੈਣਾਂ ਬਲੱਡ ਦਿੰਦੀਆਂ, ਜੇ ਭੈਣਾਂ ਬਲੱਡ ਦੇ ਸਕਦੀਆਂ ਅਤੇ ਆਪਣੇ ਭਰਾ ਕੋਲ ਨਹੀਂ ਦੇ ਸਕਦੇ, ਨਸ਼ੇ ਛੱਡ ਕੇ ਚੰਗੇ ਕੰਮ 'ਚ ਆਉਣਾ ਚਾਹੀਦਾ। ਜਿਵੇਂ ਮਨਜੋਤ ਵੀਰ ਦੀ 13 ਸਾਲ ਦੀ ਉਮਰ 'ਚ ਸੋਚ ਸੀ ਆਪਣੀ ਰੋਟੀ ਡੇ ਦੀ, ਇੱਦਾਂ ਦੀ ਹੋਰ ਸੋਚ ਵੀ ਲੋਕਾਂ ਨੂੰ ਹੋਣੀ ਚਾਹੀਦੀ ਹੈ ਅਤੇ ਚੰਗੇ ਕੰਮ ਕਰਨੇ ਚਾਹੀਦੇ ਆ। ਹੁਣ ਆ ਮਨਜੋਤ ਵੀਰ ਵੀ 21 ਸਾਲ ਦਾ, ਚੰਗੇ ਕੰਮ ਕਰ ਰਿਹਾ, ਬਲੱਡ ਸੇਵਾ ਵੀ ਕਰਦਾ, ਥੈਲਾਸੀਮੀਆ ਬੱਚਿਆਂ ਬਲੱਡ ਵੀ ਦਿੰਦਾ, ਅਤੇ ਆਪਣਾ ਕੀ ਨਾਲ ਰੋਟੀ ਡੇ ਵੀ ਮਨਾਉਂਦਾ, ਵਧੀਆ ਕੰਮ ਕਰਦਾ ਜੀ। ਆਪਾਂ ਦੇ ਨਾਲ ਮੋਟੇ ਖੜੇ ਜੀ, ਮੈਸੇਜ ਹੋ ਕੇ ਨਾਲ ਜੁੜਨਾ ਚਾਹੀਦਾ, ਯੂਥ ਨੂੰ ਚਾਹੀਦਾ ਪੂਰੇ ਨਾਲ ਖੜਨਾ ਚਾਹੀਦਾ ਜੀ, ਮੋਟੇ ਮੋਟਾ ਆਪਾਂ ਨਾਲ ਖੜੀ ਜੀ। ਉਪਰਾਲਾ ਬੜਾ ਸੋਹਣਾ ਲੁਧਿਆਣਾ ਲਾਈਵ ਵੀ ਇਹਨਾਂ ਦੀ ਸਲਾਘਨਾ ਕਰਦਾ, ਕਿਉਂਕਿ ਇਹ ਰੋਟੀ ਡੇ ਜਿਹੜਾ ਉਸ ਤਰੀਕ ਨੂੰ ਬਣਾਇਆ ਜਾ ਰਿਹਾ ਜਿਸ ਤਰੀਕਾ ਨੂੰ ਜਿਹੜਾ ਹੈਗਾ ਲੋਕ ਫੁੱਲਾਂ ਉੱਤੇ ਕਾਫੀ ਰੁਪਈਆ ਖਰਚ ਕਰਦੇ ਨੇ ਲੁਧਿਆਣਾ ਤੋਂ। ਕੈਮਰਾਮੈਨ MEA ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।